खवार हुए सामने के
ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਾ ਸਮੇਂ ਪ੍ਰਥਮ ਭਗਵਤੀ ਸਿਮਰ ਕੋ ਗੁਰੂ ਨਾਨਕ ਨੇ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾ ਸਹਿਬ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ ਤੇ ਬਹਾਦਰ ਸਿਮਰੈ ਘਰ ਨਾਮ ਗਾਵੈ ਧਾਈ ਸਪਤਾਈ ਨੋਇ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਸਭ ਤਾਈ ਸਤਿ ਮੰਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰ ਬੋਲੋ ਜੀ ਦੇਖ ਚਲਾਈ ਤੀ ਗਵਾਹੀ ਦੇਖ ਕੇ ਅਣਰਿਟ ਕੀਤਾ ਇਹਨਾਂ ਪਿਆਰਿਆਂ ਸਜਾਰਿਆਂ ਦੀ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਨ ਬੰਨ ਕਟਾਏ ਕੁੱਤੀਆਂ ਗੁਹਾਈਆਂ ਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਬੋਲੋ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਚੇਤਾ ਮਨ ਕਸਨ ਕਾ ਸਰਬ ਸੁਖ ਹੋਵੇ ਤਾਂ ਤਾਂ ਰਚਿਆ ਗਵਾਏ ਦੇਵ ਤੇਗ ਫਤਿਹ ਬਿਰਦਗੀ ਕਹਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸਲਾਮ ਚੌਕੀਆਂ ਝੰਡੇ ਪੂੰਗੇ ਜੁਗੋ ਜੁਗਾ ਕਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਮਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪੰਥ ਦੀ ਸਦਾ ਸਹਾਰੀ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਧਾਮਾਂ ਦੇ ਨਾਮ ਨਕਾਣਿਆਂ ਦੇ ਤਾਂ ਹੋਰ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਦਰ ਘਰ ਦੇ ਸੇਵਕ ਸਰਕਾਰ ਦਾਸਾਂ ਦੀ ਪੂੰਜੀ ਬਖਸ਼ੀ ਇਸ ਮਾਤਮ ਦੀ ਯਾਤਰਾ ਕਰਦੇ ਰਹੇ ਆਪ ਜੀ ਦੇ ਅਕਾਲ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਹ ਨਾਨਕਾ ਸੱਦੇ ਉੱਚੀ ਜਾਏ ਦੇ ਵਾਕ ਅਨੁਸਾਰ ਪਿਛਲੇ ਦਿਨਾਂ ਨਾਲ ਚਲਾਣਾ ਕਰਦੇ ਸਨ ਇਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਸਮੂਹ ਭੰਡਾਰੀ ਪਰਿਵਾਰ ਨੇ ਆਪ ਜੀ ਦਾ ਮੂਰਤ ਆਸਰਾ ਲਿਆ ਹੈ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸੱਜਿਆ ਅੰਮ੍ਰਿਤਮਈ ਬਾਣੀ ਦਾ ਕੀਰਤਨ ਹੋਇਆ ਜੀ ਗੁਰਾਂ ਦੀ ਖਿਮਾ ਕਰਨੇ ਇਸ ਬਾਣੀ ਦਾ ਫਲ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ ਸਦੀਪ ਕਾਲ ਲਈ ਆਪਣੇ ਪਵਿੱਤਰ ਚਰਨਾਂ ਵਿੱਚ ਨੇਚਰ ਵਿਸਰਾਮ ਬਖਸ਼ਿਸ਼ ਕਰਨਾ ਜੀ ਕਹਿ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੂ ਲਮੇਰਾ ਅਵਕੀ ਵਾਰ ਬਖਸ਼ ਬੰਦੇ ਕਹੋ ਬਹੁ ਨਾ ਭਵਜਨ ਫੇਰਾ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰਨੇ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀ ਸਭ ਸਿਰਮੇਰ ਦਾ ਹੱਥ ਰੱਖੋ ਸਬਰ ਸ਼ੁਕਰ ਭਾਣੇ ਵਿੱਚ ਰੱਖੋ ਜੀ ਤੇਰਾ ਭਾਣਾ ਦੋਹੇ ਮਨਾਏ ਜਿਸ ਤੋਂ ਹੋਏ ਦਿਆਲਾ ਸੁਖ ਸ਼ਾਂਤੀ ਦੀਆਂ ਲਾਲਤਾਂ ਬਖਸ਼ਣੀਆਂ ਸੰਗਤ ਪਰਿਵਾਰ ਦੀ ਹਾਜ਼ਰੀ ਕਬੂਲ ਕਰਨੇ ਤਿਰਗੁਣ ਕੀਰਤਨ ਸਾਹਿਬ ਦੀ ਪ੍ਰਵਾਨ ਕਰਨੇ ਪ੍ਰਭ ਪ੍ਰਸ਼ਾਦ ਦੀ ਪਾਵਨ ਦੇ ਹਾਜ਼ਰੀ ਦਾ ਪ੍ਰਵਾਨ ਹੋਵੇ ਪ੍ਰਵਾਨ ਦੇ ਸਾਧ ਸੰਗਤ ਤੇ ਸ਼ਗਨਾ ਦਾ ਨਾਮ ਜਪਣ ਪਾਵਨ ਹੁਕਮ ਬਖਸ਼ੋ ਸੇਵਾ ਨੂੰ ਕਰਤਾਰ ਕਰੋ ਸਹੀ ਪਿਆਰੇ ਵੇ ਜਿਨ੍ਹਾਂ ਮੈਂ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆ ਗਿਆ ਭਈ ਅਕਾਲ ਕੇ
ਸੁਨੀਲ ਪੰਡਿਆ ਜੀ ਜਿਹਨੂੰ ਅਸੀਂ ਪਿਆਰ ਨਾਲ
ਅਕਾਲਾ ਦੇ ਨਾਂ ਨਾਲ ਸੰਬੋਧਨ ਕਰਦੇ ਰਹੇ ਹਾਂ, ਉਸਦੇ ਅਕਾਲ ਚਲਾਣਾ ਕਰ ਰਹੇ ਹਨ। ਕਰ ਬਹੁਤ ਹੀ ਭਾਰੀ ਔਰ ਮੁਖੀ ਮਨ ਦੇ ਨਾਲ ਆਪਣੇ ਸ਼ਰਧਾ ਸੁਮਨ ਪ੍ਰਗਟ ਕਰਨ ਲਈ ਔਰ ਆਪਣੇ ਇਸ ਵੱਡੇ ਵੀਰ ਨੂੰ ਅੰਤਿਮ ਵਧਾਈ ਦੇਣ ਦੇ ਲਈ ਇਸ ਪਵਿੱਤਰ ਸਥਾਨ ਦੇ ਉੱਤੇ ਇਕੱਠੇ ਹੋਏ ਹਨ। ਲਗਭਗ 65 ਸਾਲ ਦਾ ਜੀਵਨ ਜਿਸ ਮਹੀਨੇ ਚ ਸੁਨੀਲ ਜੀ ਦਾ ਜਨਮ ਹੋਇਆ ਉਹ ਮਹੀਨਾ ਜੁਲਾਈ ਸੀ, ਉਹ 20 ਜੁਲਾਈ ਦੀ ਤਰੀਕ ਸੀ। ਔਰ ਜਿਸ ਮਹੀਨੇ ਚ ਪ੍ਰਭੂ ਚਰਨਾਂ ਚ ਜਾ ਵਜੇ ਉਹ ਵੀ ਮਹੀਨਾ ਜੁਲਾਈ ਸੀ ਔਰ 14 ਤਰੀਕ ਸੀ। ਲਗਭਗ 2 ਦਿਨ ਬਾਅਦ ਪਵਿੱਤਰ ਮਹੀਨਾ ਜਿਸਨੂੰ ਸਾਵਣ ਦਾ ਮਹੀਨਾ ਕਹਿ ਕੇ ਬੁਲਾਉਂਦੇ ਹਾਂ, ਅੱਜ ਉਸ ਸਾਵਣ ਦੇ ਮਹੀਨੇ ਦੇ ਵਿੱਚ ਅੰਤਿਮ ਸ਼ੋਕ ਸਭਾ ਦੇ ਵਿੱਚ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਪਰਿਵਾਰ ਦੇ ਨਾਲ ਜੁੜੇ ਹਾਂ। ਸ਼ਹਿਰ ਦੇ ਬਹੁਤ ਹੀ ਮੁਹਾਜਰ ਇੰਡਸਟਰੀਅਲਿਸਟ, ਬਹੁਤ ਹੀ ਮੁਹਾਜਰ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਔਰ ਗੁਰਦੇਵ ਬਹਾਦਰ ਕਲੋਣੀ ਦੇ ਬਹੁਤ ਹੀ ਮੁਹਾਜਰ ਇਨਸਾਨ ਔਰ ਪਰਿਵਾਰ ਨਾਲ ਜੁੜੇ ਹੋਏ ਸਾਰੇ ਹੀ ਰਿਸ਼ਤੇਦਾਰ ਦਾ ਏਡਾ ਵੱਡਾ ਇਕੱਠ ਇਹ ਦੱਸਦਾ ਹੈ ਵੀ ਸੁਨੀਲ ਜੀ ਦਾ ਸਥਾਨ ਸਾਡੇ ਮਨ 'ਚ ਕੀ ਸੀ। ਗੁਰੂ ਮਹਾਰਾਜ ਦੀ ਮਿੱਠੀ ਜੋਤ ਵੱਡੀ ਸਾਹਿਬ ਸੰਗਤ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਸਾਰੇ ਜਾਣੇ ਸਾਡੇ ਪਰਿਵਾਰ ਦੇ ਨਾਲ ਦੁੱਖ ਭੰਡਾਰ ਦੇ ਲਈ ਉਹ ਦਿਵੰਗਤ ਆਤਮਾ ਮੇਰਾ ਵੱਡਾ ਵੀ ਜਿਹਨੂੰ ਅਸੀਂ ਪਿਆਰ ਨਾਲ ਕਾਲੇ ਵੀਰ ਜੀ ਮਿਲਦੇ ਸੀ, ਸਾਨੂੰ ਅਚਾਨਕ ਬੇਵਕਤ ਛੱਡ ਕੇ ਚਲੇ ਗਏ। ਮੌਤ ਹੀ ਜੀਵਨ ਦਾ ਅਟਲ ਸੱਚ ਹੈ। ਜੋ ਵੀ ਪ੍ਰਾਣੀ ਸੰਸਾਰ ਚਾਹੁੰਦਾ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਬਾਣੀ ਦਾ ਫਰਮਾਨ ਹੈ ਮਰਨ ਲਖਾਏ ਮੰਡਲ ਮੈਂ ਆਏ। ਇਨਸਾਨ ਦੀ ਕਿੰਨੀ ਆਯੂ ਹੋਏਗੀ, ਇਨਸਾਨ ਨੇ ਕੀ ਕਰਮ ਕਰਨਾ ਹੈ, ਇਨਸਾਨ ਦਾ ਕੀ ਡਾਕਿਆ ਹੋਏਗਾ, ਇਹ ਸਾਰੀਆਂ ਚੀਜ਼ਾਂ ਜਨਮ ਤੋਂ ਪਹਿਲਾਂ ਨਿਸ਼ਚਿਤ ਹੁੰਦੀਆਂ। ਲੇਕਿਨ ਕੁਛ ਇਨਸਾਨ ਆਪਣੇ ਕਰਮਾਂ ਰਾਹੀਂ, ਆਪਣੇ ਸੁਭਾਅ ਰਾਹੀਂ ਜਾਂ ਆਪਣੀ ਔਲਾਦ ਰਾਹੀਂ ਇਹਦੇ ਛਾਪਾ ਛੱਡ ਜਾਂਦੇ ਹਨ, ਜਿਹੜੇ ਕਿ ਭਾਈ ਨੇ ਕੁਝ ਸੋ ਨਿਹਾਲ ਸਤਿ ਸ੍ਰੀ